21 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ ਸ਼ੂਟਰ ਜੋ ਵਿਵਾਦਾਂ ਵਿੱਚ ਫਸਣ ਦੇ ਕਾਰਨ ਬੈਨ ਕਰ ਦਿੱਤੀ ਗਈ ਸੀ। ਇਸ ਫਿਲਮ ਦੀ ਟੀਮ ਲਈ ਇੱਕ ਚੰਗੀ ਅਤੇ ਇੱਕ ਮਾੜੀ ਗੱਲ ਸਾਹਮਣੇ ਆਈ ਹੈ। ਪਹਿਲਾਂ ਤਾਂ ਜੇ ਚੰਗੀ ਗੱਲ ਦੀ ਗੱਲ ਕਰੀਏ ਤਾਂ ਇਸ ਫਿਲਮ 'ਤੇ ਲੱਗਿਆ ਬੈਨ ਹਟਾ ਦਿੱਤਾ ਗਿਆ ਹੈ। ਕੋਰੋਨਾ ਵਾਲਾ ਮਾਹੌਲ ਠੀਕ ਹੋ ਜਾਣ ਤੋਂ ਬਾਅਦ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਅਤੇ ਜੇ ਹੁਣ ਗੱਲ ਕਰੀਏ ਸ਼ੂਟਰ ਟੀਮ ਲਈ ਮਾੜੀ ਗੱਲ ਦੀ, ਤਾਂ ਇਹ ਫਿਲਮ ਕਿਸੇ ਟੀਮ ਮੈਂਬਰ ਦੁਆਰਾ ਲੀਕ ਕਰ ਦਿੱਤੀ ਗਈ ਹੈ, ਜਿਸ ਨੂੰ ਯੂਟਿਊਬ ਦੇ ਨਾਲ ਨਾਲ ਵੀ ਟ੍ਰਾਂਸਫਰ ਤੋਂ ਲੋਕ ਡਾਊਨਲੋਡ ਕਰਕੇ ਦੇਖ ਰਹੇ ਹਨ। ਗੀਤ ਐਮਪੀ3 ਅਤੇ GK ਡਿਜੀਟਲ ਦੀ ਇਹ ਪਹਿਲੀ ਫੀਚਰ ਫਿਲਮ ਹੈ ਜੋ ਕਿ ਪਹਿਲਾਂ ਤਾਂ ਵਿਵਾਦਾਂ ਵਿੱਚ ਫਸ ਗਈ ਅਤੇ ਬਾਅਦ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਕਰ ਦਿੱਤੀ ਗਈ। ਅਤੇ ਜੇ ਹੁਣ ਗੱਲ ਕਰੀਏ ਇਸ ਲੀਕ ਕੀਤੀ ਗਈ ਫਿਲਮ ਦੀ, ਦਰਅਸਲ ਇਹ ਫਿਲਮ ਦਾ ਫਾਈਨਲ ਪ੍ਰੋਡਕਟ ਨਹੀਂ ਹੈ, ਇਹ ਇੱਕ ਤਰ੍ਹਾਂ ਦੀ ਰੋਅ ਫਾਈਲ ਹੈ ਜੋ ਸ਼ਾਇਦ ਹੋ ਸਕਦਾ ਹੈ ਸੈਂਸਰ ਬੋਰਡ ਨੂੰ ਦਿਖਾਈ ਜਾਣ ਵਾਲੀ ਫਾਈਲ ਹੈ, ਕਿਉਂਕਿ ਇਸ ਦੇ ਕੁਝ ਸੀਨ ਵਿੱਚ ਬੈਕਗ੍ਰਾਉਂਡ ਸਕੋਰ ਨਹੀਂ ਹੈ। ਕੋਈ ਨਹੀਂ, ਇੰਨਾ ਕੁ ਤਾਂ ਚੱਲਦਾ ਹੈ ਭਰਾਵਾਂ 'ਚ, ਚੱਲਦਾ ਇੱਥੇ। ਅਤੇ ਕਈ ਸੀਨ ਵਿੱਚ ਡਬਿੰਗ ਨਹੀਂ ਕੀਤੀ ਹੋਈ ਅਤੇ ਉਸ ਡਬਿੰਗ ਦੀ ਜਗ੍ਹਾ ਓਰੀਜਨਲ ਆਡੀਓ ਯੂਜ਼ ਕੀਤੀ ਗਈ ਹੈ ਜੋ ਕਿ ਸ਼ੂਟਿੰਗ ਦੇ ਦੌਰਾਨ ਸ਼ੂਟ ਕੀਤੀ ਗਈ ਸੀ। ਤੈਨੂੰ ਕਿੰਨੇ ਭੇਜਿਆ ਸੀ? ਮੈਨੂੰ ਮਾਫ਼ ਕਰ ਦੇ ਬਾਈ। ਮਾਫ਼ ਕਰਤਾ, ਤੈਨੂੰ ਕੁਛ ਨਹੀਂ ਕਹਿਣਾ ਮੈਂ। ਜੇ ਗੱਲ ਕਰੀਏ ਫਿਲਮ ਦੇ ਮੁੱਖ ਕਿਰਦਾਰ ਜੋ ਕਿ ਜੇ ਰੰਧਾਵਾ ਨੇ ਨਿਭਾਇਆ, ਉਸਨੂੰ ਫਿਲਮ ਦੇ ਵਿੱਚ ਸੁੱਚਾ ਨਾਮ ਦਿੱਤਾ ਗਿਆ ਹੈ, ਪਰ ਜਦਕਿ ਜਦੋਂ ਕਿ ਨਿਊਜ਼ ਪੇਪਰ ਦਾ ਸੀਨ ਲਿੱਤਾ ਜਾਂਦਾ ਹੈ, ਉਸ ਵਿੱਚ ਸੁੱਚੇ ਦੀ ਜਗ੍ਹਾ ਸੁੱਕਾ ਕਾਲੋਂ ਦਿਖਾਇਆ ਗਿਆ ਹੈ। ਅਤੇ ਨਾਲ ਹੀ ਜੇ ਗੱਲ ਕਰੀਏ ਫਿਲਮ ਦੇ ਵਿੱਚ ਦਿਖਾਏ ਨਿਊਜ਼ ਚੈਨਲਸ ਦੀ, ਤਾਂ ਉਹਨਾਂ ਵਿੱਚ ਵੀ ਪੰਜਾਬੀ ਫੌਂਟ ਨੂੰ ਲੈ ਕੇ ਕਾਫ਼ੀ ਗਲਤੀਆਂ ਦੇਖਣ ਵਿੱਚ ਆਈਆਂ, ਜਿੱਦਾਂ ਕਿ ਇਹ ਪੰਜਾਬੀ ਮਾਤਰਾਵਾਂ ਦੀ, ਜੋ ਕਿ ਇੱਕ ਵੱਡੀ ਪੰਜਾਬੀ ਫਿਲਮ ਲਈ ਬਹੁਤ ਵੱਡੀ ਮਿਸਟੇਕ ਹੈ ਕਿ ਪੰਜਾਬੀ ਫਿਲਮ ਵਿੱਚ ਹੀ ਪੰਜਾਬੀ ਲਿਖਣ ਵਿੱਚ ਗਲਤੀ ਕੀਤੀ ਗਈ। ਅਤੇ ਹੁਣ ਗੱਲ ਕਰਦੇ ਹਾਂ ਕਲਾਈਮੈਕਸ ਤੋਂ ਪਹਿਲਾਂ ਦੇ ਸੀਨ ਦੀ, ਜੋ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਸੁੱਚਾ ਆਪਣੇ ਦੋਸਤਾਂ ਨਾਲ ਹਥਿਆਰ ਖਰੀਦਣ ਯੂਪੀ ਰਾਮਪੁਰ ਗਿਆ ਹੋਇਆ ਹੈ। ਤਾਂ ਯੂਪੀ ਵਿੱਚ ਜਦੋਂ ਸੁੱਚੇ ਨੂੰ ਧੋਖੇ ਨਾਲ ਯੂਪੀ ਦੀ ਹੀ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਹੈ, ਤਾਂ ਉੱਥੋਂ ਦੀ ਲੋਕਲ ਪੁਲਿਸ ਉਸਨੂੰ ਹੋਸਪਿਟਲ ਲੈ ਜਾਂਦੀ ਹੈ, ਤਾਂ ਉਹ ਲੋਕਲ ਪੁਲਿਸ, ਡਾਕਟਰ, ਨਰਸਿਸ ਯੂਪੀ ਦੀ ਹੀ ਲੋਕਲ ਭਾਸ਼ਾ ਵਿੱਚ ਗੱਲ ਕਰਦੇ ਹਨ। ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਯੂਪੀ ਦੇ ਇਸ ਹੋਸਪਿਟਲ ਵਿੱਚ ਹਿੰਦੀ ਨੂੰ ਛੱਡ ਕੇ ਪੰਜਾਬੀ ਅਤੇ ਇੰਗਲਿਸ਼ ਵਿੱਚ IHD ਯੂਨਿਟ ਲਿਖਿਆ ਹੁੰਦਾ ਹੈ, ਜੋ ਕਿ ਇੱਕ ਵੱਡੀ ਗਲਤੀ ਹੈ। ਅਤੇ ਆਡੀਅੰਸ ਨੂੰ ਸਾਫ਼ ਪਤਾ ਲੱਗਦਾ ਹੈ ਕਿ ਇਹ ਯੂਪੀ ਦਾ ਸੀਨ ਪੰਜਾਬ ਵਿੱਚ ਹੀ ਸ਼ੂਟ ਕੀਤਾ ਗਿਆ ਹੈ। ਵਿਜੇ ਰੰਧਾਵਾ ਪਿਛਲੇ 3 ਦਿਨਾਂ ਤੋਂ ਆਪਣੀ ਹਰ ਪੋਸਟ ਵਿੱਚ ਲਿਖ ਰਹੇ ਹਨ ਕਿ ਕੋਰੋਨਾ ਤੋਂ ਬਾਅਦ ਸ਼ੂਟਰ ਫਿਲਮ ਥੀਏਟਰ ਵਿੱਚ ਦੇਖਿਓ, ਤਾਂ ਲੋਕਾਂ ਦੇ ਕਮੈਂਟਸ ਕੁਝ ਇਸ ਤਰ੍ਹਾਂ ਦੇ ਆ ਰਹੇ ਹਨ। ਬਾਈ ਫਿਲਮ ਆਤਾ ਆਪਾਂ ਦੇਖ ਲਈ, ਬਸ ਕਰ ਕਿਤਨੀ ਵਾਰ ਬਤਾਓਗੇ, ਬਾਈ ਮੂਵੀ ਲੀਕ ਹੋ ਗਈ। ਹੁਣ ਫਿਲਮ ਦੇ ਰਿਲੀਜ਼ ਹੋਣ 'ਤੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਇਸ ਨੂੰ ਥੀਏਟਰ ਵਿੱਚ ਜਾ ਕੇ ਦੇਖਣਗੇ ਜਾਂ 21 ਦਿਨ ਦੇ ਲੋਕਡਾਊਨ ਦੇ ਚੱਲਦੇ ਹੀ ਘਰੇ ਦੇਖ ਲੈਣਗੇ? ਸਾਨੂੰ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਹੋਰ ਵੀ ਲੇਟੈਸਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।